ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਵੱਡਾ ਅਲਰਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਮੱਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਮੌਸਮ ਵਿਭਾਗ ਨੇ 1 ਮਾਰਚ ਨੂੰ ਪੰਜਾਬ ਦੇ 21 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕਰ ਦਿੱਤਾ ਹੈ ਅਲਰਟ ਦੇ ਮੁਤਾਬਿਕ ਇਹਨਾਂ ਜ਼ਿਲ੍ਹਿਆਂ 'ਚ ਗਰਜ ਦੇ ਨਾਲ ਨਾਲ ਮੀਂਹ ਪੈ ਸਕਦਾ ਹੈ ਵਿਭਾਗ ਨੇ 2 ਅਤੇ 3 ਮਾਰਚ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਵਿਭਾਗ ਦੇ ਅਨੁਸਾਰ ਪੰਜਾਬ ਦੇ ਵਿੱਚ 29 ਫਰਵਰੀ ਨੂੰ ਇੱਕ ਨਵਾਂ ਪੱਛਮੀ ਗੜਬੜੀ ਦੇਖਣ ਨੂੰ ਮਿਲੇਗੀ ਇਸ ਨਾਲ ਮੌਸਮ ਦੇ ਹਾਲਾਤ ਹੀ ਵਿਗੜ ਜਾਣਗੇ ਦੂਜੇ ਪਾਸੇ ਸੋਮਵਾਰ ਨੂੰ ਭਾਵੇਂ ਪੰਜਾਬ ਦੇ ਕੱਟੜ ਕੱਟਾਪਨ 0.8 ਡਿਗਰੀ ਦਾ ਵਾਅਦਾ ਹੋਇਆ ਪਰ ਅੰਮ੍ਰਿਤਸਰ ਸਮੇਤ ਚਾਰ ਸ਼ਹਿਰਾਂ ਦੇ ਵਿੱਚ ਤਾਪਮਨ ਹਜੇ ਵੀ ਆਮ ਨਾਲੋਂ ਹੇਠਾਂ ਹੈ ਪਟਾਣਗੋੜ ਦੇ ਗੁਰਦਾਸਪੁਰ ਚ 5.1 ਡਿਗਰੀ ਨਾਲ ਸਭ ਤੋਂ ਠੰਡੇ ਰਹੇ ਵਿਭਾਗ ਨੇ ਅਗਲੇ 3 ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਜੀ ਹਾਂ ਜਿਸ ਕਾ ਲੋਕ ਪਰੇਸ਼ਾਨ ਨੇ ਅਤੇ ਇੱਕ ਖਬਰ ਵੀ ਪੜੋ ਯੂਐਸਏ ਸੈਂਟਰ ਕਾ ਮਾਰਨੇ ਕਾ ਹੈ ਕਿ ਅਮਰੇ ਦੇ ਮਕਸਦ ਦੇ ਨਾਲ ਸਾਗਰ ਦੇ ਆਲੇ ਦੁਆਲੇ ਜਲ ਮਾਰਗਾਂ ਦੇ ਵਿੱਚ ਅਮਰੀਕੀ ਅਤੇ ਭਾਇਵਲ ਬਲਾ ਨੂੰ ਧਮਕੀ ਦੇਣ ਲਈ ਵਰਤੀਆਂ ਜਾਂਦੀਆਂ ਉਤੀ ਸਮਰਥਾਵਾਂ ਨੂੰ ਨਸ਼ਟ ਕਰਕੇ ਨੈਵੀਗੇਸ਼ਨ ਨੂੰ ਆਜ਼ਾਦੀ ਨੂੰ ਬਹਾਲ ਕਰਨਾ ਹੈ ਬਾਕੀ ਖਬਰਦਾਨ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ